ਓਏ ਹੋਏ, ਉਹ ਕਿਵੇਂ ਆ ਬਾਈ ਸ਼ਿੰਦਿਆ? ਉਹ ਮੈਂ ਠੀਕ ਆ ਬਾਈ, ਤੂੰ ਸੁਣਾ ਕਿਵੇਂ ਆ? ਵਧੀਆ ਯਾਰ, ਮੇਰੇ ਸਾਲੇ ਦਾ ਨਾ ਸਿਰ ਬਾਲਾ ਦੁਖੀ ਹੁੰਦਾ ਯਾਰ, ਰਾਤ ਬਾਲੀ ਪੀਤੀ ਗਈ। ਉਹ ਲੱਸੀ ਲੁੱਸੀ ਪੀ ਲੈਣੀ ਸੀ? ਉਹ ਲੱਸੀ ਤਾਂ ਪੀਤੀ ਆ ਯਾਰ, ਕਾਹਨੂੰ ਹਟਿਆ ਗਾ, ਇੱਕ ਤਾਂ ਦੇਸੀ ਪੀ ਲਈ, ਉੱਤੋਂ ਯਾਰ ਲਾਡੀ ਅੰਗਰੇਜ਼ੀ ਲੈ ਕੇ ਆ ਗਿਆ, ਦੋ ਬ੍ਰਾਂਡ ਪੀਤੇ ਗਏ ਤਾਂ ਕਰਕੇ ਯਾਰ ਬਸ ਆਹ ਕੰਮ। ਬਾਈ ਘੱਟ ਪੀਆ ਕਰ, ਤੂੰ ਪੀਨਾ ਹੀ ਬਾਹਲੀਆਂ ਯਾਰ, ਤੇਰੀ ਸਹੇਲੀ ਵੀ ਇਸੇ ਕਰਕੇ ਛੱਡ ਕੇ ਗਈ ਆ ਤੈਨੂੰ। ਉਹ ਢੱਠੇ ਗੂੰਜ ਗਈ ਸਹੇਲੀ, ਯਾਰਾਂ ਦੀ ਤਾਂ ਕਿਤੇ ਹੁਣ ਹੋਰ ਹੀ ਅੱਖ ਹੈ, ਸਹੇਲੀਆਂ ਦਾ ਮੈਨੂੰ ਘੱਟ ਹੈਗਾ। ਅੱਛਾ ਯਾਰ, ਸਮਝਿਆ ਨਹੀਂ ਮੈਂ। ਓਏ ਆਪਣੇ ਪਿੰਡ ਵਾਲਾ ਜੱਗਾ ਨਹੀਂ? ਹਾਂ। ਉਹਦੀ ਭੈਣ ਕਰਮੀ, ਉਹਦੇ ਘਰ ਵਾਲਾ ਕਰੰਟ ਲੱਗ ਕੇ ਮਰ ਗਿਆ ਸੀ, ਉਹ ਇੱਥੇ ਹੀ ਰਹਿਣ ਆ ਗਈ ਆਪਦੇ ਪੇਕੇ ਆਪਦੇ ਭਾਈ ਕੋਲੇ। ਹਾਂ ਹਾਂ ਹਾਂ, ਸਮਝ ਗਿਆ ਸਮਝ ਗਿਆ, ਇੱਥੇ ਆ ਗਈ ਹੁਣ ਉਹ। ਹਾਂ, ਪਰ ਯਾਰ ਮੈਨੂੰ ਨਹੀਂ ਲੱਗਦਾ ਤੇਰੇ ਨਾਲ ਸੈਟਿੰਗ ਬੈਠੂ ਉਹਦੀ, ਉਹ ਤਾਂ ਕੁਵਾਰੀ ਹੁੰਦੀ ਵੀ ਸਹੀ ਸੀ ਬਾਈ ਯਾਰ। ਉਹ ਇਹ ਹੋ ਸਕਦਾ ਵੀ ਕਬੂਤਰੀ ਛਿੰਦੇ ਦੀ ਛਾਤਰੀ 'ਤੇ ਨਾ ਬੈਠੇ, ਉਹ ਤੂੰ ਵੀ ਖਸਮਾ ਬਾਲਾ ਭੋਲਾਂਗਾ। ਅੱਛਾ ਸਾਲਿਆ, ਤੂੰ ਵੀ ਲੈ, ਉਹ ਆ ਵੀ ਗਈ। ਬੜੀ ਵੱਡੀ ਉਮਰ ਹੈ ਯਾਰ, ਹੁਣੇ ਗੱਲਾਂ ਕਰੀ ਜਾਂਦੀ ਸੀ, ਕਹੂਲ ਦੀ ਲੰਘ ਵੀ ਗਈ। ਹੋਏ ਉਮਰ ਤਾਂ ਬੜੀ ਵੱਡੀ ਹੈ, ਪਰ ਸਾਲਾ ਦੁੱਖ ਵੀ ਬੜਾ ਵੱਡਾ ਲੱਗ ਗਿਆ। ਰੱਬ ਨੇ ਐਡਾ ਹੁਸਨ ਦਿੱਤਾ, ਐਡੀ ਜਵਾਨੀ ਦਿੱਤੀ, ਕੱਟਣੀ ਕੱਲੀ ਨੂੰ ਪੈ ਰਹੀ ਹੈ। ਗੱਲ ਤਾਂ ਤੇਰੀ ਵੀ ਸਹੀ ਹੈ ਬਾਈ, ਜਦੋਂ ਬਾਗ 'ਤੇ ਬਹਾਰ ਆਈ ਹੋਵੇ ਤੇ ਬਾਗ ਦਾ ਬਾਨੀ ਮਰ ਜੇ, ਬਾਗ ਲਈ ਤਾਂ ਫਿਰ ਔਖਾ ਹੋ ਜਾਂਦਾ ਹੈ। ਗੱਲ ਤਾਂ ਤੇਰੀ ਵੀ ਸਹੀ ਆ ਯਾਰ, ਪਰ ਸਾਲੀ ਮੇਰੇ ਨਾ ਦਿਮਾਗ 'ਚ ਇੱਕ ਸਕੀਮ ਆਈ ਹੈ। ਇਹ ਪੈਕਟਾਂ ਵਾਲਾ ਦੁੱਧ ਲੈ ਕੇ ਜਾਂਦੀ ਹੈ, ਕਿਉਂ ਨਾ ਦੁੱਧ ਆਪਾਂ ਆਪਣੇ ਘਰੇ ਲਾ ਲਈਏ, ਉਹ ਨਿਤਨੇਮ ਆਉਣਾ ਜਾਣਾ ਲੱਗਿਆ ਰਹੂ। ਸਹੀ ਗੱਲ ਹੈ ਬਾਈ, ਜੇ ਸੈਟਿੰਗ ਕਰਨੀ ਹੈ ਨਾ, ਆਉਣਾ ਜਾਣਾ ਤਾਂ ਫਿਰ ਬਣਾਉਣਾ ਹੀ ਪੈਣਾ ਹੈ। ਇਹ ਤਾਂ ਹੈ, ਚੱਲ ਕੋਈ ਨਾ, ਲਾਉਂਦੇ ਹਾਂ ਸਕੀਮ। ਚੱਲ ਠੀਕ ਹੈ, ਓਕੇ, ਮਿਲਦਾ ਮੈਂ ਤੈਨੂੰ। ਠੀਕ ਹੈ ਜੱਗੇ, ਜੱਗੇ ਬਾਈ, ਆਪਣੇ ਰੱਬ ਦੀ ਸੁੱਖ ਨਾਲ ਡੰਗਰ ਵੱਛਾ ਵਧੀਆ, ਆ ਤੁਹਾਨੂੰ ਪੈਕਟਾਂ ਦਾ ਦੁੱਧ ਪੀਣ ਦੀ ਕੀ ਲੋੜ ਹੈ? ਨਹੀਂ ਉਹ ਤਾਂ ਗੱਲ ਠੀਕ ਹੈ ਬਾਈ, ਪਰ ਪਤਾ ਕੀ ਆ, ਸਾਡਾ ਘਰ ਨਾ ਤੁਹਾਡੇ ਘਰ ਨਾਲੋਂ ਬਹੁਤ ਜ਼ਿਆਦਾ ਦੂਰ ਹੈ, ਤੇ ਜੱਗੇ ਬਾਈ ਨੇ ਵੀ ਜਲਦੀ ਜਾਣਾ ਹੁੰਦਾ ਗਾ, ਤੇ ਆ ਸਾਨੂੰ ਦੁਕਾਨ ਨੇੜੇ ਪੈਂਦੀ ਆ, ਤਾਂ ਕਰਕੇ ਮੈਂ ਭੱਜ ਕੇ ਫੜ ਲਿਆਉਣੀ ਆ ਦੁੱਧ ਉੱਥੋਂ। ਲੈ ਆਹ ਕਿੱਡਾ ਕੁ ਕੰਮ ਹੈ, ਦੁੱਧ ਤਾਂ ਮੈਂ ਆਪੇ ਫੜਾ ਜਾਇਆ ਕਰੂੰਗਾ, ਤੁਹਾਨੂੰ ਪੈਕਟਾਂ ਵਾਲਾ ਦੁੱਧ ਪੀਣ ਦੀ ਕੋਈ ਲੋੜ ਨਹੀਂ ਹੈਗੀ। ਅੱਛਾ ਚੱਲ ਕੋਈ ਨਹੀਂ ਬਾਈ, ਜੱਗੇ ਬਾਈ ਨੂੰ ਆ ਜਾਂਦੇ, ਮੈਂ ਉਹਨਾਂ ਨਾਲ ਸਲਾਹ ਕਰ ਲੂੰਗੀ ਇੱਕ ਵਾਰ। ਚੱਲ ਠੀਕ ਹੈ ਕਰਮੀ, ਤੂੰ ਜੱਗੇ ਨਾਲ ਸਲਾਹ ਕਰ ਲਈ। ਠੀਕ ਹੈ ਬਾਈ, ਕੋਈ ਗੱਲ ਨਹੀਂ। ਠੀਕ ਹੈ ਮੈਨੂੰ ਦੇਖ ਲਿਆ ਸੀ ਨਾ ਰਾਹ ਚ ਅੱਜ ਆਉਂਦੀ ਹੋਈ, ਮੈਂ ਕਿਹਾ ਕੋਈ ਨੀ ਬਾਈ, ਮੈਂ ਜੱਗੇ ਬਾਈ ਨਾਲ ਗੱਲ ਕਰਕੇ ਦੱਸ ਦੂੰਗੀ। ਫਿਰ ਵੀਰੇ ਕਿਵੇਂ ਕਰੀਏ ਆਪਾਂ? ਉਹ ਭੈਣੇ ਉਹਨਾਂ ਦਾ ਘਰ ਤਾਂ ਬਹੁਤ ਦੂਰ ਹੈ, ਆ ਨਾਲੇ ਰੋਜ਼ ਰੋਜ਼ ਕੌਣ ਲੈ ਕੇ ਆਇਆ ਕਰੂ, ਮੈਂ ਤਾਂ ਕੰਮ ਤੇ ਜਾਂਦਾ ਹੁੰਦਾ ਰੋਜ਼। ਬਈ ਇਹੀ ਗੱਲ ਮੈਂ ਉਹਨੂੰ ਵੀ ਕਹੀ ਸੀ ਵੀ ਬਈ ਤੁਹਾਡਾ ਘਰ ਬਹੁਤ ਦੂਰ ਹੈ ਤੇ ਸਾਨੂੰ ਦੁੱਧ ਲੈ ਕੇ ਆਉਣਾ ਜਾਣਾ ਔਖਾ ਗਾ, ਤਾਂ ਉਹ ਕਹਿੰਦਾ ਫਿਰ ਕਿੱਡੀ ਗੱਲ ਹੈ, ਕਹਿੰਦਾ ਮੈਂ ਹੋਰਾਂ ਦੇ ਵੀ ਦੇ ਕੇ ਆਉਣਾ, ਨਾਲ ਲੱਗਦੇ ਘਰ ਤੁਹਾਡੇ ਵੀ ਦੇ ਜਿਆ ਕਰੂੰਗਾ।
ਚੱਲ ਕੋਈ ਨਹੀਂ, ਫਿਰ ਦੇਖ ਲੈਂਦੇ ਆਪਾਂ 4-5 ਮਹੀਨਿਆਂ ਨੂੰ, ਨਾਲੇ ਤੇਰੀ ਭਾਬੀ ਨੇ ਵੀ ਆ ਜਾਣਾ, ਉਹਦਾ ਵੀ ਕੋਰਸ ਖਤਮ ਹੋਜੂ, ਆ ਨਾਲੇ ਪੈਕਟਾਂ ਦੇ ਦੁੱਧ ਨਾਲ ਕਿੱਥੇ ਸਰਦਾ, ਘਰ ਦੇ ਦੁੱਧ ਵਰਗੀ ਤਾਂ ਰੀਸ ਨਹੀਂ। ਫਿਰ ਵੀ ਮੈਂ ਹਾਂ ਕਹਿ ਦੇਵਾਂ ਉਹਨਾਂ ਨੂੰ? ਹਾਂ ਹਾਂ ਕੋਈ ਨਹੀਂ, ਮੈਂ ਆਪੇ ਕਰ ਲਊਂ ਗੱਲ। ਚਲ ਤੁਸੀਂ ਐਂ ਕਰ ਲਿਓ, ਠੀਕ ਆ ਬਈ, ਫਿਰ ਕਰ ਲਈ ਗੱਲ। ਠੀਕ ਆ, ਚੰਗਾ ਬਈ, ਮੈਂ ਕੱਪੜੇ ਸਾਂਭਦਾ। ਠੀਕ ਆ, ਆ ਲੈ ਗਰਮੀ ਦੁੱਧ। ਲਿਆ ਬਈ, ਇੱਕ ਮਿੰਟ ਹੀ ਆਉਂਦੀ ਹਾਂ। ਅੱਛਾ ਕਰਮੀ, ਮੈਂ ਨਾ ਤੈਨੂੰ ਇੱਕ ਗੱਲ ਪੁੱਛਣੀ ਸੀ। ਹਾਂ ਬਾਈ ਪੁੱਛ। ਤੇਰਾ ਇੱਕ ਮੁੰਡਾ ਹੁੰਦਾ ਸੀਗਾ, ਤੂੰ ਉਹਨੂੰ ਕਈ ਵਾਰੀ ਉਰੇ ਲੈ ਕੇ ਆਉਂਦੀ ਹੁੰਦੀ ਸੀ, ਉਹ ਕਿੱਥੇ ਆ? ਉਹ ਤਾਂ ਬਾਈ ਮੇਰੇ ਸਹੁਰੇ ਪਰਿਵਾਰ ਆ, ਤੇ ਨਾਲੇ ਮੇਰੀ ਨੰਦ ਨੇ ਨਾ ਉਹਨੂੰ ਉੱਥੇ ਪੜਾਉਣਾ ਲਿਖਾਉਣਾ ਲਾ ਰੱਖਿਆ। ਅੱਛਾ ਚੱਲ, ਇਹ ਵੀ ਠੀਕ ਹੈ, ਪਰ ਆਪਣੇ ਪਿੰਡ ਉਹ ਢਿੱਲੇ ਤੇ ਕਿੱਡਾ ਵਧੀਆ ਪ੍ਰਾਈਵੇਟ ਸਕੂਲ ਖੁੱਲਿਆ ਗਾ। ਹਾਂ ਬਾਈ, ਲਾਉਂਗੀ ਤਾਂ ਉੱਥੇ ਹੀ। ਮੇਰਾ ਵੀ ਨਾ ਹੁਣ ਮੇਰੇ ਮੁੰਡੇ ਵੀ ਨਾ ਦਿਲ ਨਹੀਂ ਲੱਗਦਾ, ਅਤੇ ਸੋਚ ਰਹੀ ਹਾਂ ਉਹਦਾ ਦਾਖਲਾ ਮੈਂ ਇੱਥੇ ਹੀ ਕਰਾ ਦੇਵਾਂ। ਵੈਸੇ ਉਹ ਸਕੂਲ ਬਹੁਤ ਵਧੀਆ ਜਿਹੜਾ ਤੁਸੀਂ ਕਿਹਾ। ਅੱਛਾ ਹਾਂ ਵਧੀਆ ਗਾ। ਅਤੇ ਉਹ ਤੇਰੇ ਘਰ ਵਾਲੇ ਦੀ ਮੌਤ ਕਿਵੇਂ ਹੋ ਗਈ ਸੀ? ਕੀ ਦੱਸਾਂ ਬਾਈ, ਸਾਡੇ ਨਾ ਖੇਤਾਂ 'ਚ ਬਿਜਲੀ ਖਰਾਬ ਹੋ ਗਈ ਸੀ, ਕਿਤੇ ਉਹਨੂੰ ਚੈੱਕ ਕਰਨ ਲੱਗ ਪਿਆ, ਤਾਰਾਂ ਆਪਸ 'ਚ ਭਿੜ ਗਈਆਂ ਅਤੇ ਸਾਰੇ ਸਰੀਰ ਵਿੱਚ ਉਹਦੀ ਕਰੰਟ ਲੱਗ ਗਿਆ, ਉੱਥੇ ਉਹਦੀ ਮੌਤ ਹੋ ਗਈ। ਅੱਛਾ, ਬੜਾ ਮਾੜਾ ਕੰਮ ਹੋਇਆ ਗਾ। ਮਾੜਾ ਤਾਂ ਹੋਇਆ ਹੀ ਆ, ਹੁਣ ਰੱਬ ਅੱਗੇ ਕਿਹੜਾ ਕਿਸੇ ਦੀ ਮਰਜ਼ੀ ਚੱਲਦੀ ਆ। ਚੱਲ ਕੋਈ ਨਾ, ਪਰ ਰੱਬ ਨੇ ਬੜਾ ਵੱਡਾ ਧੱਕਾ ਕਰਿਆ ਤੇਰੇ ਨਾਲ, ਹਲੇ ਤੇਰੀ ਉਮਰ ਵੀ ਕਿਹੜੀ ਆ ਭਲਾ। ਚੱਲ ਬਾਈ, ਮੈਂ ਦੁੱਧ ਉਬਾਲਦਾ। ਚੱਲ ਠੀਕ ਹੈ, ਹੌਲੀ ਹੌਲੀ ਕੰਮ ਲੋਟ ਆਊਗਾ। ਚੱਲ ਕਿਵੇਂ ਫਿਰ ਸ਼ਿੰਦਿਆ, ਬਣੀ ਕੋਈ ਮਾੜੀ ਮੋਟੀ ਗੱਲ ਜਾਂ ਨਹੀਂ? ਉਹ ਬਣੀ ਤਾਂ ਜਾਂਦੀ ਆ ਯਾਰ, ਬਾਅਦ ਦੁੱਧ ਫਟਾਉਣ ਵਗ ਜਾਂਦਾ, ਡਰਾਈ ਡਰੂਈ ਜੀ ਤਾਂ ਲੱਗ ਹੀ ਦੇਣ, ਅੱਖਾਂ 'ਚ ਅੱਖਾਂ ਹੀ ਤਾਂ ਪਾਉਣ ਲੱਗ ਗਈ, ਹਲੇ ਮੂਹਰੇ ਮੂਹਰੇ ਪਤਾ ਨਹੀਂ ਕੀ ਬਣਨਾ ਯਾਰ। ਤੂੰ ਤਾਂ ਪਤੰਦਰਾ ਟਾਈਮ ਹੀ ਬਾਹਲਾ ਲਾਤਾ, ਪੁੱਛ ਲੈ ਤਾਂ। ਗੱਲ ਵੀ ਤੇਰੀ ਸਹੀ ਆ ਯਾਰ, ਹੈ ਨਾ ਬਾਹਲਾ ਟਾਈਮ ਲੱਗ ਗਿਆ, ਪਰ ਅੱਜ ਵੀ ਮੈਂ ਦੁੱਧ ਦੇਣ ਜਾਣਾ ਗਾ, ਦੇਖਦਾ ਅੱਜ ਤਾਂ ਪੁੱਛੇ ਲੈਣਾ ਯਾਰ, ਕੁਛ ਮਰਜ਼ੀ ਹੋ ਜੇ। ਹੋਰ ਦੱਸ ਤੂੰ? ਵਧੀਆ ਵਧੀਆ। ਉਹ ਯਾਰ ਢਿੱਡ ਜਿਹਾ ਕੱਢੀ ਜਾਂਦਾ ਸਾਲੇ, ਅੰਕਲ ਜਿਹਾ ਬਣੀ ਜਾਂਦਾ ਗਾ, ਸਰੀਰ ਫਿੱਟ ਕਰ ਲਾ, ਦੰਦ ਕੱਢਦਾ। ਉਹ ਤਾਂ ਕਰ ਲੂੰਗਾ। ਹਾਂ ਤੂੰ ਉਹ ਕੰਮ ਫਿੱਟ ਕਰ। ਚੱਲ ਠੀਕ ਹੈ, ਠੀਕ ਹੈ, ਮੈਂ ਤਾਂ ਬਸ ਫਿੱਟ ਕਰਕੇ ਆਉਂਦਾ, ਜਾ ਕੇ ਆਉਂਦਾ ਗਾ, ਨਾਲੇ ਐਂ ਕਰੀ ਸ਼ਾਮ ਨੂੰ ਆ ਜੀ, ਦੇਸੀ ਗੱਡੀ ਦੀ ਸਾਲਿਆ। ਚੱਲ ਚੰਗਾ, ਜਾ ਤੂੰ, ਮਿਲਦੇ ਮਿਲਦੇ। ਓਕੇ ਕਰਮੋ, ਬਹਿ ਜਾ। ਹੋਰ ਦੱਸ ਕਰਮੋ, ਠੀਕ ਆ? ਮੈਂ ਵਧੀਆ, ਤੁਸੀਂ ਦੱਸੋ? ਮੈਂ ਵੀ ਠੀਕ ਹਾਂ। ਕਰਮੋ, ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨਾ ਚਾਹੁੰਦਾ। ਹਾਂ ਕਰੋ। ਕਰਮੋ, ਮੈਂ ਨਾ ਤੈਨੂੰ ਪਸੰਦ ਕਰਦਾ, ਸੱਚੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਗਾ। ਅੱਛਾ, ਪਸੰਦ ਤਾਂ ਮੈਂ ਵੀ ਕਰਦੀ ਹਾਂ, ਪਰ ਡਰ ਲੱਗਦਾ ਕਿਤੇ ਮੇਰੇ ਭਾਈ ਨੂੰ ਨਾ ਪਤਾ ਲੱਗ ਜੇ।
ਤੂੰ ਮੇਰੇ 'ਤੇ ਵਿਸ਼ਵਾਸ ਰੱਖ, ਤੈਨੂੰ ਮੈਂ ਕਿਤੇ ਨਹੀਂ ਭੰਡਦਾ। ਜਿੰਨਾ ਤੂੰ ਕਰੇਂਗੀ ਨਾ ਉਸ ਤੋਂ ਵੱਧ ਕੇ ਕਰੂੰਗਾ ਤੈਨੂੰ, ਠੀਕ ਹੈ? ਤੁਹਾਡੀ ਭੈਣ ਦੇ, ਇਹ ਤਾਂ ਸਾਲਾ ਸੁਪਨਾ ਹੀ ਸੀਗਾ। ਚੱਲ ਕੋਈ ਨਾ, ਸਵੇਰ ਤਾਂ ਚੜੂਗੀ, ਹੁਣ ਤਾਂ ਸਾਈ ਤੋਂ ਪੁੱਛ ਕੇ ਹੀ ਰਹੂੰਗਾ, ਕੁਛ ਮਰਜ਼ੀ ਹੋ ਜੇ। ਕਰਮੋ, ਕਰਮੋ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਹਾਂ ਦੱਸ ਬਈ, ਕੀ ਗੱਲ ਕਰਨੀ ਆ? ਕਰਮੋ, ਮੈਂ ਤੈਨੂੰ ਪਸੰਦ ਕਰਦਾ, ਤੂੰ ਮੈਨੂੰ ਬਹੁਤ ਵਧੀਆ ਲੱਗਦੀ ਆ। ਕੀ ਤੂੰ ਇਹ ਸੋਚ ਵੀ ਕਿਵੇਂ ਲਿਆ ਸ਼ਿੰਦੇ? ਖਬਰਦਾਰ, ਜੇ ਅੱਗੇ ਤੋਂ ਬਾਅਦ ਨਾ ਮੇਰੇ ਨਾਲ ਇੱਦਾਂ ਦੀ ਬਦਤਮੀਜ਼ੀ ਕੀਤੀ ਆ, ਆਹ ਫੜ ਦੁੱਧ, ਸਾਨੂੰ ਨਹੀਂ ਚਾਹੀਦਾ, ਤੇ ਤੁਰਦਾ ਵਾਲਾ ਇੱਥੋਂ। ਕਰਮੋ, ਤੂੰ ਤਾਂ ਗੁੱਸਾ ਕਰ ਗਈ, ਮੈਂ ਤੈਨੂੰ ਉਸ ਹਿਸਾਬ ਨਾਲ ਨਹੀਂ ਕਿਹਾ। ਤੂੰ ਜਿਵੇਂ ਵੀ ਕਿਹਾ ਨਾ, ਬਹੁਤਾ ਬੋਲਣ ਦੀ ਲੋੜ ਨਹੀਂ, ਹੁਣ ਤੂੰ ਜਾ ਇੱਥੋਂ, ਸੁਣਦਾ ਨਹੀਂ? ਚੱਲ, ਮਰਜ਼ੀ ਆ ਤੇਰੀ। ਸਰਈ ਪਿਆ, ਮੈਂ ਇਹਦੇ ਬਾਰੇ ਵੀਰੇ ਨਾਲ ਗੱਲ ਕਰਾਂ ਕਿ ਨਾ ਕਰਾਂ? ਨਹੀਂ ਨਹੀਂ, ਜੇ ਮੈਂ ਵੀਰੇ ਨੂੰ ਦੱਸਦਾ ਨਾ ਕਿਹਨੇ ਮੇਰੇ ਨਾਲ ਇੱਦਾਂ ਦੀ ਹਰਕਤ ਕੀਤੀ ਆ, ਤਾਂ ਵੀਰੇ ਨੇ ਇਹਦੇ ਨਾਲ ਲੜਨਾ, ਅਤੇ ਨਾਲ ਇਹੋ ਜਿਹੇ ਮੈਂ ਸੰਡਿਆਂ ਦਾ ਕੀ ਪਤਾ ਮੇਰੇ ਭਾਈ ਨੂੰ ਮਾਰ ਦਿਆਂ। ਕੋਈ ਨਹੀਂ, ਇਹਨੂੰ ਤਾਂ ਮੈਂ ਹੀ ਸਿੱਧਾ ਕਰੂੰਗੀ। ਹਾਂ ਬਾਈ, ਫਿਰ ਕੀ ਬਣਿਆ? ਬਣਨਾ ਕੀ ਦਿਓ ਏ, ਮੈਂ ਥੋੜ੍ਹਾ ਜਿਹਾ ਛੇੜਤਾ, ਮੈਨੂੰ ਲੱਗਿਆ ਕਿਤੇ ਉਹ ਜੱਗੇ ਨੂੰ ਦੱਸੂ, ਪਰ ਉਹਨੇ ਜੱਗੇ ਨੂੰ ਨਹੀਂ ਦੱਸਿਆ। ਹੁਣ ਮੈਨੂੰ ਪਤਾ ਲੱਗ ਗਿਆ ਕਿ ਉਹ ਛੇਤੀ ਕਰੇ ਨਾ, ਜੱਗੇ ਨੂੰ ਗੱਲ ਨਹੀਂ ਦੱਸਦੀ। ਅੱਛਾ, ਹਾਂ ਬਸ ਫਿਰ ਦੱਸਦੀ ਤਾਂ ਹੈ ਨਹੀਂ, ਬਸ ਫਿਰ ਤੂੰ ਕਰਦੇ ਕੰਮ ਜਾ ਹੁਣ। ਉਹ ਬਸ ਟਾਈਮ ਤਾਣ ਦੇ, ਜਿੱਦਾਂ ਤੀਰ 'ਤੇ ਤੁੱਕਾ ਲੱਗਿਆ ਨਾ ਤਾਂ ਸਭ ਲੋਟ ਕਰ ਦੂੰਗਾ। ਨਾਲੇ ਬਾਈ, ਮੈਨੂੰ ਸੱਚ ਇੱਕ ਗੱਲ ਦਾ ਹੋਰ ਪਤਾ ਲੱਗਿਆ। ਕੀ? ਇਹਦੇ ਸਹੁਰੇ ਘਰ ਇਹਦੇ ਜੇਠ ਨੇ ਫੜ ਲਈ ਸੀ ਇਹ। ਅੱਛਾ ਜੀ, ਜੀ ਇਹੀ ਜੀ ਹੈਗੀ ਹੈ ਤਾਂ ਹੀ ਫੜੀ ਹੋਣੀ। ਉਹ ਫਿਰ ਤਾਂ ਪੱਕੀ ਗੱਲ ਹੈ, ਫਿਰ ਤਾਂ ਲੈ ਗੱਲ ਬਣੀ ਲੈ। ਬਸ ਚੱਕਦੇ ਵਟੇ, ਬਸ ਚੱਕਦੇ ਹਾਂ, ਸਾਲਾ ਟਾਈਮ ਤਾਂ ਮਿਲੇ ਕੋਈ। ਟਾਈਮ ਤਾਂ ਬਾਈ ਕੱਢਣਾ ਪਊਗਾ ਨਾ। ਚੱਲ ਦੇਖਦੇ ਹਾਂ ਫਿਰ ਕੀ ਬਣਦਾ ਗਾ। ਚੱਲ ਬੈਠ ਯਾਰ, ਚੱਲਦੇ ਹਾਂ। ਕਰਮੀ, ਆ ਲੈ ਦੁੱਧ। ਅੱਜ ਤਾਂ ਪੁੱਛ ਗਈ ਗੱਲ ਫਰਕੇ ਜਾ। ਮੇਰੀ ਬਾਂਹ ਛੱਡ। ਕਰਮੀ, ਮੈਂ ਨਾ ਤੈਨੂੰ ਬਹੁਤ ਪਸੰਦ ਕਰਦਾ, ਪਰ ਤੇਰੀ ਬਾਂਹ ਨਹੀਂ ਛੱਡਦਾ ਮੈਂ। ਪਸੰਦ ਕਰਦੀ ਆ ਤਾਂ ਵੀ ਪੈਸੇ ਛੱਡ ਕਰ ਜਾ ਕੇ। ਸਾਲੀ ਇਹ ਕੁੱਤੀ ਆ, ਕੀ ਬਕਵਾਸ ਕਰਦੀ ਆ। ਤੈਨੂੰ ਕਿਹਾ ਮੇਰੀ ਬਾਂਹ ਛੱਡ ਕੁੱਤਿਆ। ਇਹ ਬਾਂਹ ਨਹੀਂ ਛੱਡਦਾ ਹੁਣ, ਚਾਹੇ ਕੁਛ ਵੀ ਹੋ ਜਾਵੇ। ਸਾਲੇ ਕੁੱਤਿਆ ਕੀ ਕਰੀ ਜਾਂਦਾ ਸੀ, ਮੇਰੀ ਭੈਣ ਦੀ ਬਾਂਹ ਕਿਆ ਫੜੀ ਤੂੰ? ਜੱਗਿਆ, ਇਸੇ ਨੂੰ ਪੁੱਛ ਲੈ ਕਿੰਨੇ ਦਿਨ ਦੀ ਮੇਰੇ ਪਿੱਛੇ ਪਈ ਹੈ, ਕਿ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦੀ ਹਾਂ। ਮੈਂ ਤਾਂ ਇਹਨੂੰ ਸਮਝਾਉਂਦਾ ਰਿਹਾ ਕਿ ਜੱਗੇ ਨਾਲ ਮੇਰੀ ਯਾਰੀ ਦੋਸਤੀ ਆ, ਮੈਂ ਇਹੋ ਜਿਹਾ ਕੁਛ ਨਹੀਂ ਕਰਨਾ, ਪਰ ਇਹ ਮੈਨੂੰ ਕਹਿੰਦੀ ਮੈਂ ਤੈਨੂੰ ਪਸੰਦ ਕਰਦੀ ਹਾਂ। ਰਾਂਦਿਆ ਕੁੱਤਿਆ, ਇੰਨਾ ਝੂਠਾ ਬਈ, ਦੇਖ ਇਹ ਮੇਰੇ ਬਹੁਤ ਦਿਨਾਂ ਤੋਂ ਪਿੱਛੇ ਪਿਆ ਸੀ, ਪਰ ਮੈਂ ਤੈਨੂੰ ਦੱਸ ਨਹੀਂ ਸਕੀ, ਅੱਜ ਤੂੰ ਆਪ ਹੀ ਦੇਖ ਲਾ, ਇਹਨੇ ਮੇਰੀ ਸਿੱਧਾ ਅੱਗੇ ਬਾਂਹ ਹੀ ਫੜ ਲਈ। ਤੈਨੂੰ ਮੈਂ ਝੂਠਾ ਲੱਗਦਾ ਨਾ, ਜਾ ਕੇ ਮੇਰੇ ਨਾਲ ਦੇ ਨੂੰ ਪੁੱਛ ਲੈ।
ਕਦੋਂ ਦੀ ਮੇਰੇ ਤੇ ਡੋਰੇ ਪਾਉਣ ਨੂੰ ਫਿਰਦੀ ਹੈ। ਮੈਂ ਉਹਨੂੰ ਵੀ ਦੱਸਿਆ ਨੀ ਕਿ ਨਹੀਂ ਯਾਰ ਸ਼ੈਂਪੀ, ਇਹ ਮੈਨੂੰ ਇਹ ਕਹਿੰਦੀ ਹੈ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ। ਮੈਂ ਉਹਨੂੰ ਕਿਹਾ, ਮਹਾਂ ਯਾਰ ਆਪਣੀ ਜੱਗੇ ਨਾਲ ਯਾਰੀ ਦੋਸਤੀ ਹੈ, ਮੈਂ ਇਹਦੇ ਨਾਲ ਇਹੋ ਜਿਹਾ ਕੁਛ ਕਰ ਸਕਦਾ ਗਾ, ਪਰ ਇਹਨੇ ਕਰਮੀ ਤੂੰ ਇਹ ਕੁਝ ਕਰ ਨਹੀਂ ਕਰੇ। ਪਹਿਲਾਂ ਤੇਰੇ ਤੋਂ ਸਹੁਰੇ ਪਰਿਵਾਰ ਨੇ ਟੀਕਾ ਗਿਆ, ਹੁਣ ਤੂੰ ਇੱਥੇ ਸਾਡੀ ਖੇਹ ਕਰਾਉਂਦੀ ਫਿਰਦੀ ਹੈ। ਉਹ ਜਿਹੜੇ ਪਹਿਲਾਂ ਨਾ ਗਲੀ ਨਹੀਂ ਸੀ ਲਾਉਂਦੇ, ਹੁਣ ਘਰੇ ਬਹਾਨੇ ਲਾ ਕੇ ਆਉਣ ਲੱਗ ਪਏ। ਪਹਿਲਾਂ ਤੂੰ ਮੇਰੇ ਦੋਸਤ ਰਜਿੰਦਰ ਨੂੰ ਆਨੋਟ ਆਇਆ, ਕਹਿੰਦੀ ਮੈਨੂੰ ਉਹਦੀ ਨਿਗਾਹ ਨਹੀਂ ਠੀਕ ਲੱਗਦੀ, ਮੇਰੇ ਤੇ ਡੋਰੇ ਸੁੱਟਦਾ। ਹੁਣ ਤੂੰ ਇਹਨੂੰ ਵੀ ਕਹਿਣ ਲੱਗ ਗਈ, ਜਦਕਿ ਤੂੰ ਦੁੱਧ ਵੀ ਇਹਨਾਂ ਦਾ ਆਪ ਲਵਾਇਆ ਸੀ, ਉਸਦੀ ਤੂੰ ਸਬਜ਼ੀਆਂ ਨਾਲ ਲੜ ਪਈ। ਬਾਈ ਦੁੱਧ ਮੈਂ ਲਵਾਇਆ ਸੀ, ਬਾਈ ਦੁੱਧ ਇਹਨੇ ਆਪ ਕਹਿ ਕੇ ਲਵਾਇਆ ਸੀ, ਤੇ ਮੈਂ ਤੁਹਾਨੂੰ ਦੱਸਿਆ ਵੀ ਸੀ, ਤੁਸੀਂ ਮੇਰੇ ਚ ਗਲਤੀ ਕੱਢ ਰਹੇ ਹੋ। ਬਸ ਕਰ ਕਰਮੀ, ਆਹ ਬੰਨੇ ਹੱਥ ਤੇਰੇ ਮੂਹਰੇ, ਮੇਰੇ ਤੋਂ ਨਹੀਂ ਲੜਾ ਜਾਂਦਾ ਤੇਰੇ ਕਰਕੇ ਕਿਸੇ ਨਾਲ। ਬਾਈ ਤੂੰ ਬੇਗਾਨੇ ਤੇ ਵਿਸ਼ਵਾਸ ਕਰ ਰਿਹਾ, ਤੈਨੂੰ ਆਪਦੀ ਭੈਣ ਤੇ ਵਿਸ਼ਵਾਸ ਨਹੀਂ। ਮੇਰੀ ਗੱਲ ਸੁਣ ਬਾਈ, ਇਸ ਚ ਮੇਰਾ ਕੀ ਕਸੂਰ ਹੈ ਜੇ ਮੈਂ ਵਿਧਵਾ ਹੋ ਗਈ? ਨਾ ਤਾਂ ਮੈਨੂੰ ਉੱਥੇ ਟੇਕ, ਨਾ ਹੀ ਮੈਨੂੰ ਇੱਥੇ। ਮੈਂ ਤਾਂ ਆਪਦੇ ਸਹੁਰੇ ਪਰਿਵਾਰ ਵੀ ਨਹੀਂ ਸੁੱਖ ਚ ਕੱਟਿਆ ਕਦੀ, ਉੱਥੇ ਲੋਕ ਮੇਰੇ ਤੇ ਮਾੜੀ ਨਿਗਾਹ ਰੱਖਦੇ ਸੀ, ਨਾ ਮੈਨੂੰ ਜੇਠ ਟਿਕਣ ਦਿੰਦਾ ਸੀ, ਨਾ ਗੁਆਂਢ ਮੱਥੇ ਵਾਲੇ। ਜੇ ਮੈਂ ਆਪਦੀ ਜੇਠਾਣੀ ਤੇ ਆਪਦੀ ਸੱਸ ਨੂੰ ਗੱਲ ਦੱਸੀ ਮੇਰੇ ਜੇਠ ਬਾਰੇ, ਤਾਂ ਉਹਨਾਂ ਨੇ ਵੀ ਉਲਟਾ ਮੇਰੇ ਤੇ ਇਲਜ਼ਾਮ ਲਾਉਣਾ ਸ਼ੁਰੂ ਕਰਤਾ ਵੀ ਤੂੰ ਮੁੰਡੇ ਪੱਟਦੀਆਂ। ਮੈਂ ਜਾਵਾਂ ਤਾਂ ਜਾਵਾਂ ਕਿੱਧਰ? ਮੈਂ ਸੋਚਿਆ ਵੀ ਚੱਲ ਕੋਈ ਨੀ, ਮੈਂ ਆਪਦੇ ਭਾਈ ਕੋਲੇ ਚੱਲ ਜੂੰਗੀ, ਉੱਥੇ ਤਾਂ ਮੈਂ ਸੇਫ ਹੋਊਂਗੀ। ਪਰ ਮੈਨੂੰ ਕੀ ਪਤਾ ਸੀ ਵੀ ਮੇਰਾ ਤੇ ਇੱਥੇ ਉਦੋਂ ਬੁਰਾ ਹਾਲ ਹੋਊਗਾ। ਕਿਤੇ ਨਾ ਕਿਤੇ ਮੈਨੂੰ ਇਹ ਜ਼ਰੂਰ ਲੱਗਿਆ ਵੀ ਹਾਂ ਸ਼ਾਇਦ ਮੇਰੇ ਪੇਕੇ 'ਚ ਮੈਂ ਠੀਕ ਠਾਕ ਰਹੂੰਗੀ, ਉੱਥੇ ਸਾਰੇ ਮੇਰੀ ਇੱਜ਼ਤ ਕਰਨਗੇ, ਸਾਰੇ ਮੇਰੇ ਭਾਈਆਂ ਵਰਗੇ ਨੇ। ਪਰ ਇਹਨਾਂ ਨੇ ਮੈਨੂੰ ਉਹਦੀ ਭੈਣ ਤਾਂ ਕੀ ਸਮਝਣਾ ਸੀ, ਉਲਟਾ ਹੀ ਮੇਰੇ 'ਤੇ ਗਲਤ ਨਜ਼ਰ ਰੱਖਣ ਲੱਗ ਪਏ। ਮੈਂ ਜਾਵਾਂ ਤਾਂ ਜਾਵਾਂ ਕਿੱਧਰ? ਇਹ 'ਚ ਮੇਰਾ ਕਸੂਰ ਆ? ਪਰ ਹੁਣ ਮੈਂ ਸੋਚ ਲਿਆ ਕਿ ਦੁਨੀਆਦਾਰੀ ਨਾ ਐਵੇਂ ਨਹੀਂ ਟਿਕਣ ਦਿੰਦੀ, ਜਿੱਧਰ ਕਿੱਧਰ ਜਾਓ ਇਲਜ਼ਾਮ ਬਸ ਵਿਧਵਾ ਤੇ ਹੀ ਲੱਗਦੇ ਨੇ। ਤੈਨੂੰ ਨਹੀਂ ਮੈਂ ਛੱਡਦੀ। ਮੇਰੀ ਗੱਲ ਸੁਣ ਕਰਮੀ। ਕੀ ਗੱਲ ਸੁਣਾ ਮੈਂ ਤੇਰੀ? ਇੱਕ ਮਿੰਟ ਜੱਗੇ, ਕਰਮੀ ਗਲਤ ਨਹੀਂ, ਗਲਤ ਤਾਂ ਬਾਈ ਮੈਂ ਆ, ਇਹ ਸਾਰਾ ਕੁਛ ਕਰਿਆ ਕਰਾਇਆ ਮੇਰਾ ਹੀ ਹੈ। ਮੈਂ ਹੀ ਇਹ ਤੇ ਮਾੜੀ ਨਿਗਾਹ ਰੱਖਦਾ ਸੀ, ਆਉਂਦੇ ਜਾਂਦੇ ਮੈਂ ਇਹਨੂੰ ਹਰ ਰੋਜ਼ ਛੇੜਦਾ, ਇਹਨੂੰ ਦੇਖਦਾ ਗਾ। ਆਹ ਦੁੱਧ ਵੀ ਮੈਂ ਹੀ ਲਾਇਆ ਜਾਣ ਬੁੱਝ ਕੇ ਕਿ ਮੈਂ ਇਹਦੇ ਨਾਲ ਗੱਲ ਕਰ ਸਕਾਂ, ਕਿਸੇ ਬਹਾਨੇ ਨੂੰ ਮੈਂ ਛੇੜ ਸਕਾਂ। ਬਾਈ ਮੈਨੂੰ ਮਾਫ਼ ਕਰ ਦਿਓ ਬਾਈ, ਤੂੰ ਪੁੱਤਿਆਂ ਘਰੋਂ ਨਿਕਲ ਜਾ। ਮੈਨੂੰ ਮਾਫ਼ ਕਰ ਦੇ ਭੈਣੇ, ਮੈਂ ਤੈਨੂੰ ਗਲਤ ਸਮਝਿਆ, ਸਾਰੀ ਗਲਤੀ ਮੇਰੀ ਹੈ ਜੋ ਮੈਂ ਲੋਕਾਂ 'ਤੇ ਯਕੀਨ ਕਰਿਆ। ਚੱਲ ਭੈਣੇ ਅੰਦਰ ਆਇਆ।